ਹਾਂਜੀ ਬਾਬੇ ਓ, ਗੁੱਡ ਮੋਰਨਿੰਗ ਹੋ ਗਈ ਹੈ, ਵੈਰੀ ਵੈਰੀ ਗੁੱਡ। ਅਤੇ ਅੱਜ ਅਸੀਂ ਰੈਡੀ ਹੋਏ ਹਾਂ ਜਾਣ ਲਈ ਹੁਸ਼ਿਆਰਪੁਰ, ਗੜੀ ਰੂਟ 'ਤੇ ਜਾਵਾਂਗੇ। ਅਤੇ ਇੱਕ ਮੈਂ ਚੀਜ਼ ਹੋਰ ਸੋਚ ਰਿਹਾ ਸੀਗਾ ਵੀ ਆਪਣੇ ਜਿੱਦਾਂ ਪੱਗ ਵਗੈਰਾ ਕਾਫੀ ਬੰਦੇ ਸਿੱਖਦੇ ਆ ਪੱਗ ਜਾਂ ਪਰਨਾ, ਅਤੇ ਪੱਗ ਅਤੇ ਪਰਨੇ ਦੀਆਂ ਵੀ ਅਸੀਂ ਵੀਡੀਓ ਹੀ ਚੈਨਲ 'ਤੇ ਅਪਲੋਡ ਕਰਾਂਗੇ, ਅਤੇ ਉਹ ਵੀ ਤੁਹਾਨੂੰ ਛੇਤੀ ਵੀਡੀਓ ਦੇਖਣ ਨੂੰ ਮਿਲੂਗੀ। ਪੱਗ ਜਾਂ ਪਰਨੇ ਦੋਨਾਂ 'ਚੋਂ ਕਿਸੇ ਵੀ ਇੱਕ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਜਲਦੀ ਮਿਲੂਗੀ। ਉਹਦੇ ਵਾਸਤੇ ਮੈਂ ਥੋੜ੍ਹਾ ਜਿਹਾ ਸੈਟਅਪ ਤੋਂ ਰੈਡੀ ਕਰਦਾ ਪਿਆ, ਜਦੋਂ ਰੈਡੀ ਹੋ ਗਿਆ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ। ਅਤੇ ਹੋਰ ਤਾਂ ਚਲੋ ਫਿਲਹਾਲ ਕੁਛ ਨਹੀਂ, ਅਤੇ ਬਾਕੀ ਮਿਲਦੇ ਤੁਹਾਨੂੰ ਦੁਬਾਰਾ ਥੋੜ੍ਹੇ ਟਾਈਮ ਤੱਕ। ਹਾਂਜੀ ਬਾਬੇ ਤੁਰ ਚੁੱਕੇ ਹਾਂ ਘਰੋਂ, ਨਹੀਂ ਬੈਠੀ ਹੈ। ਹਾਂਜੀ ਬਾਬੇ ਪੁੱਜ ਚੁੱਕੇ ਹਾਂ ਹੁਸ਼ਿਆਰਪੁਰ, ਅਤੇ ਕਾਫੀ ਟ੍ਰੈਫਿਕ ਦਾ ਸਾਹਮਣਾ ਕਰਕੇ ਸਾਨੂੰ ਇੱਥੇ ਪਹੁੰਚਣਾ ਪਿਆ। ਮਿਲਦਾ ਤੁਹਾਨੂੰ ਥੋੜ੍ਹੀ ਦੇਰ ਬਾਅਦ, ਆਪਣਾ ਥੋੜ੍ਹਾ ਬਹੁਤਾ ਕੰਮ ਕਰਵਾ ਕੇ ਫਿਰ ਤੁਹਾਨੂੰ ਮਿਲਦੇ ਦੁਬਾਰਾ। ਹਾਂਜੀ ਬਾਬੇ ਇੱਥੇ ਪੈ ਗਿਆ ਥੋੜ੍ਹਾ ਜਿਹਾ ਚੱਕਰ, ਨਿਰਾਸ਼ ਹੋ ਗਏ, ਉਹਨਾਂ ਨੂੰ ਤੁਹਾਨੂੰ ਜਾਣਾ ਪੈ ਰਿਹਾ ਵਾਪਸ, ਅਤੇ ਜਿਹੜੇ ਕੰਮ ਆਏ ਸੀ ਉਹ ਹੋਇਆ ਨਹੀਂ। ਦੁਬਾਰਾ ਫਿਰ ਦੇਖਾਂਗੇ ਕਿੱਦਾਂ ਹੁੰਦਾ, ਕੀ ਪ੍ਰੋਸੈਸ ਹੁੰਦਾ। ਮਿਲਦੇ ਹਾਂ। ਹਾਂਜੀ ਬਾਬੇ ਪੁੱਜ ਗਏ ਹਾਂ ਘਰ, ਅਤੇ ਲੰਗਰ ਪਾਣੀ ਛੱਕ ਕੇ ਹੁਣ ਅਸੀਂ ਦੁਬਾਰਾ ਨਿਕਲਾਂਗੇ ਬੁੱਢਾ ਵੜ ਨੂੰ। ਉੱਧਰੋਂ ਜਾ ਕੇ ਕਹਿੰਦੇ ਥੋੜ੍ਹਾ ਜਿਹਾ ਕੰਮ ਦੇਖਣਾ ਪੈਣਾ ਆ, ਦੁਬਾਰਾ ਉੱਧਰ ਨੂੰ ਜਾਣਾ ਹੁਣ, ਅਤੇ ਮਾੜਾ ਜਿਹਾ ਘਰ ਰੋਟੀ ਪਾਣੀ ਛੱਕ ਕੇ ਅਤੇ ਫਿਰ ਅਸੀਂ ਚੱਲੇ ਉੱਧਰ ਨੂੰ। ਅਤੇ ਬਾਕੀ ਹੁਣ ਅੱਗੇ ਉੱਥੇ ਸ਼ੂਟ ਨਹੀਂ ਹੋਊਗਾ, ਥੋੜ੍ਹਾ ਕੰਮ ਦੂਜਾ ਆਪਣਾ ਹੋਸਪਿਟਲ ਦਾ ਕੰਮ, ਅਤੇ ਬਾਕੀ ਸ਼ਾਮ ਨੂੰ ਸ਼ੂਟ ਕਰਕੇ ਤੁਹਾਨੂੰ ਅਸੀਂ ਦੱਸਾਂਗੇ ਨਾਲ ਦੇ ਨਾਲ ਜੋ ਵੀ ਜਿੱਦਾਂ। ਜੀ ਬਾਬੇ ਉਹ ਬੁੱਢਾ ਵੜ ਤੋਂ ਵੀ ਹੋ ਕੇ ਆ ਗਏ ਅਸੀਂ ਵਾਪਸ, ਅਤੇ ਪਰ ਜਿਹੜਾ ਸਾਡਾ ਕੰਮ ਸੀ ਉਹ ਫਿਰ ਨਹੀਂ ਹੋਇਆ, ਟਾਈਮ ਲੱਗੂ ਕਹਿੰਦੇ ਉਹਨਾਂ ਥੋੜ੍ਹਾ ਜਿਹਾ ਦੋ ਚਾਰ ਬੰਦੇ ਲੱਭਣੇ ਪੈਣੇ ਹੋਰ ਕੰਮ ਕਰਨ ਵਾਸਤੇ, ਫਿਰ ਹੋਊਗਾ। ਅਤੇ ਹੁਣ ਮੈਂ ਵੇਟ ਕਰ ਰਿਹਾ ਘਰ ਚਾਹ ਦੀ, ਚਾਹ ਲੈ ਕੇ ਬੋਤਲ 'ਚ ਪਾ ਕੇ ਅਤੇ ਅਸੀਂ ਜਾਵਾਂਗੇ ਦੁਕਾਨ 'ਤੇ, ਫਿਰ ਤੁਹਾਨੂੰ ਮਿਲਾਂਗੇ ਅਸੀਂ ਹੁਣ ਦੁਕਾਨ 'ਤੇ ਜਾ ਕੇ। ਚੰਗਾ ਜੀ, ਅਸੀਂ ਹੁਣ ਦੁਬਾਰਾ ਦੁਕਾਨ 'ਤੇ, ਨਾਲ ਖੜ੍ਹੇ ਆਪਣੇ ਪੰਕਜ ਭਾਜੀ। ਹੋਰ ਭਾਜੀ ਕਿੱਦਾਂ, ਸਭ ਠੀਕ ਠਾਕ ਹੋ? ਈਵਨਿੰਗ ਦਾ ਟਾਈਮ ਹੋ ਗਿਆ ਹੈ, ਹੋਰ ਸਭ ਵਧੀਆ? ਚਾਹ ਪੀ ਲਓ, ਆ ਕੇ ਛਕੋ ਲੰਗਰ ਚਾਹ ਦਾ। ਅੱਜ ਤਾਂ ਰਾਜ ਨਿੱਕਾ ਭਾਜੀ ਵੀ ਬੈਠੇ, ਪੰਕਜ ਚਾਹ ਪੀਣ ਵਾਲੇ ਬੰਦੇ ਅੱਜ ਕਹਿ ਰਹੇ ਚਾਹ ਛਕੋ, ਇਹ ਚਾਹ ਛਕੋ ਕਹਿ ਰਹੇ ਅੱਜ। ਕੋਈ ਨਹੀਂ ਸਾਰਿਆਂ ਦੀ। ਅਤੇ ਇੱਕ ਚੀਜ਼ ਮੈਂ ਕਹਿਣੀ ਸੀਗੀ ਹੋਰ ਵੀ, ਆਪਣੇ ਜੇ ਕਿਸੇ ਦਾ ਕੋਈ ਕਿਸੇ ਚੀਜ਼ ਦੇ ਰਿਲੇਟਡ ਕੁਐਸਚਨ ਹੁੰਦਾ ਹੈ ਜਾਂ ਕੋਈ ਕੁਛ ਪੁੱਛਣਾ ਚਾਹੁੰਦਾ ਆ, ਟਰਬਨ ਦੀਆਂ ਟਿਪਸ ਲੈਣਾ ਚਾਹੁੰਦਾ ਜਾਂ ਕੁਛ ਵੀ, ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ, ਜਿਹੜਾ ਅਗਲਾ ਵਲੋਗ ਉਸ ਤੋਂ ਪਾਵਾਂਗੇ, ਅਤੇ ਉਹਦੇ ਵਿੱਚ ਅਸੀਂ ਤੁਹਾਡੇ ਆਨਸਰਸ ਵੀ ਦੇਵਾਂਗੇ ਸਾਰੇ ਕੁਐਸਚਨ 'ਤੇ। ਜੋ ਵੀ ਤੁਸੀਂ ਕੁਐਸਚਨ ਪੁੱਛਣਾ ਚਾਹੁੰਦੇ ਹੋ, ਕਿਸੇ ਚੀਜ਼ ਦੀਆਂ ਟਿਪਸ ਲੈਣਾ ਚਾਹੁੰਦੇ ਜਾਂ ਕੋਈ ਚੀਜ਼ ਉੱਦਾਂ ਪੁੱਛਣੀ ਚਾਹੁੰਦੇ ਹੋ, ਹੈ ਨਾ, ਕੋਈ ਵੀ ਜੇ ਤੁਹਾਡਾ ਕੁਐਸਚਨ ਹੁੰਦਾ ਅਤੇ ਉਹ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਮੈਂਟਾਂ ਦੇ ਵਿੱਚ, ਅਤੇ ਦੁਬਾਰਾ ਅਸੀਂ ਤੁਹਾਡਾ ਅਗਲੇ ਵਲੋਗ ਦੇ ਵਿੱਚ ਉਹਨਾਂ ਦਾ ਆਨਸਰ ਵੀ ਜ਼ਰੂਰ ਦੇਵਾਂਗੇ। ਇਹੀ ਕਿ ਵੀ ਭੈਣ ਨੂੰ ਛੱਡਣ ਘਰ ਨੂੰ ਜਾ ਰਹੀ ਅਤੇ ਕਹਿੰਦੀ ਵੀ ਖਾਣੇ ਗੋਲ ਗੱਪੇ, ਅਤੇ ਹੁਣ ਅਸੀਂ ਰੁਕੇ ਹਾਂ ਆਪਣੇ ਸਾਜਨ ਭਾਅ ਜੀ ਹੋਣਾ ਤੋਂ। ਸਾਜਨ ਭਾਅ ਜੀ ਦੇਖਿਓ, ਮਾੜਾ ਜਿਹਾ ਹਾਈ ਹੈਲੋ ਕਰ ਦਿਓ ਸਾਡੇ ਗਾਈਜ਼ ਨੂੰ। ਹੈਲੋ,
ਤੇ ਸਵਾਦ ਹੀ ਤੁਹਾਨੂੰ ਦੱਸਾਂਗੇ ਭਾਈ ਦਾ ਬਾਅਦ ਸਪੈਸ਼ਲ ਤਿਆਰ ਕਰਿਆ ਤੁਸੀਂ ਤੁਹਾਡੇ ਕੋਲ ਕਿੱਥੇ ਭਾਅ ਜੀ ਪਾ ਰਿਹਾ ਪਿਆਰ ਤੇਰਾ ਯਾਰ ਪਿਆਰ ਨਹੀਂ ਲੱਗਿਆ ਨਹੀਂ ਜੀ ਆਪਣੇ ਦਹੀਂ ਵਾਲੇ ਬੋਲ ਕਿੱਥੇ ਇੱਕ ਇੱਕ ਹੀ ਖਾ ਲਿਆ ਸਵਾਦ ਇਹਨਾਂ ਦਾ ਬੜਾ ਘੈਂਟ ਜਦੋਂ ਵੀ ਆਉਂਗੇ ਦਰਸਾਈ ਭਾਈ ਤੋਂ ਵਿਜ਼ਿਟ ਕਰਿਓ ਜੀ ਬਾਬੇ ਆ ਚੁੱਕੇ ਹਨ ਦੁਬਾਰਾ ਸ਼ੋਪ 'ਤੇ ਨਾਲ ਬੈਠੇ ਹੋਣਾ ਫਿਰ ਰਮਨ ਭਾਅ ਜੀ ਸੋ ਇੱਧਰ ਛੋੜੋ ਅੱਜ ਅਸੀਂ ਘਰੋਂ ਬਾਹਰ ਹੀ ਸੀਗੇ ਅਤੇ ਭਾਅ ਜੀ ਹੁਣਾਂ ਨਾਲ ਮੁਲਾਕਾਤ ਨਹੀਂ ਹੋਈ ਹੁਣ ਬੈਠੀ ਰਮਨ ਭਾਅ ਜੀ ਲਾਗੇ ਹੋਰ ਸੁਣਾਓ ਭਾਅ ਜੀ ਠੀਕ ਠਾਕ ਹੋ ਵਧੀਆ ਵਧੀਆ ਭਾਅ ਜੀ ਕੀ ਕੰਮ ਕੀਤਾ ਅੱਜ ਸ਼ਿਪਿੰਗ ਬਾ ਵਿਹਲੇ ਕੀ ਕਰ ਵਿਹਲੇ ਹੀ ਚੱਲਦਾ ਕੰਮ ਟਾਈਮ ਪਾਸ ਚਲੋ ਸਹੀ ਹੈ ਹੋਰ ਸਭ ਵਧੀਆ ਸਿੱਧਾ ਵਧੀਆ ਭਾਅ ਜੀ ਸਭ ਨਜ਼ਾਰੇ ਚਲੋ ਸਹੀ ਹੈ ਹੋਰ ਕੋਈ ਦਰਸ਼ਕਾਂ ਨੂੰ ਆਪਣੀ ਕੋਈ ਗੱਲਬਾਤ ਸੁਣਾਉਣਾ ਚਾਹੁੰਦਾ ਬਸ ਚਲੋ ਸਹੀ ਹੈ ਹੋਰ ਫਿਰ ਮਿਲਦੇ ਬਾਬੇ ਤੁਹਾਨੂੰ ਤੁਸੀਂ ਲੱਗ ਦੋ ਹਾਂਜੀ ਬਾਬੇ ਅੱਜ ਦੇ ਵਲੋਗ 'ਚ ਬਸ ਇੰਨਾ ਹੀ ਅੱਜ ਥੋੜ੍ਹਾ ਬਾਹਰ ਰਹਿਣ ਕਰਕੇ ਐਕਟੀਵਿਟੀ ਥੋੜ੍ਹੀ ਘੱਟ ਹੀ ਰਹੀ ਆਪਣੀ ਉਹਨਾਂ ਕਰਕੇ ਹੁਣ ਬਸ ਅੱਜ ਦੇ ਵਲੋਗ ਨੂੰ ਇੱਥੇ ਵੀ ਐਂਡ ਕਰਦੇ ਹਾਂ ਬਾਕੀ ਜੇ ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਹੈ ਨਾ ਤੁਸੀਂ ਪੁੱਛ ਸਕਦੇ ਹੋ ਅਗਲੇ ਵਲੋਗ ਦੇ ਵਿੱਚ ਅਸੀਂ ਤੁਹਾਡੇ ਸਾਰੇ ਕੁਐਸਚਨ ਦਾ ਆਂਸਰ ਵੀ ਦੇਵਾਂਗੇ ਠੀਕ ਹੈ ਜੀ ਕਮੈਂਟਾਂ ਦੇ ਵਿੱਚ ਆਪਣੇ ਸਾਰੇ ਕੁਐਸਚਨ ਦੱਸ ਸਕਦੇ ਹੋ ਚੰਗਾ ਜੀ ਮਿਲਦੇ ਹਾਂ ਕੱਲ੍ਹ